ਸਾਡੇ ਬੀਨੂ ਬਾਜੀ ਨੇ ਬੀਐਨ ਸ਼ਰਮਾ ਜੀ ਨੇ ਇਹ ਮੈਨੂੰ ਲਾਂਚ ਕਰ ਰਹੇ ਨੇ ਪੰਜਾਬੀ ਇੰਡਸਟਰੀ ਚ। ਜਿਹੜਾ ਮੌਕਾ ਮੈਨੂੰ ਇਸ ਫਿਲਮ ਦੇ ਵਿੱਚ ਮਿਲਿਆ, ਆਈ ਫੀਲ ਵੈਰੀ ਬਲੈਸਡ ਇਹਨਾਂ ਦੇ ਨਾਲ ਕੰਮ ਕਰਕੇ, ਸਮੀਪ ਕੰਗ ਜੀ ਦੇ ਨਾਲ ਕੰਮ ਕਰਕੇ ਮੈਨੂੰ ਸਿੱਖਣ ਬਹੁਤ ਮਿਲਿਆ। ਜਿਹੜਾ ਟੈਲੈਂਟ ਇਹ ਹੋਲਡ ਕਰਦੇ ਨੇ ਨਾ ਸਾਡੀ ਪੰਜਾਬੀ ਇੰਡਸਟਰੀ 'ਚ, ਇੱਦਾਂ ਦਾ ਟੈਲੈਂਟ ਸਾਡੀ ਬਾਲੀਵੁੱਡ ਇੰਡਸਟਰੀ ਵਿੱਚ ਵੀ ਨਹੀਂ ਹੈ। ਮੇਰਾ ਐਕਟਿੰਗ ਦਾ ਕੰਮ ਨਾ ਚੱਲਿਆ, ਹਲਵਾਈ ਗੋਲ ਗੱਪੇ ਬਹੁਤ ਕਮਾਲ ਦੀ ਮੂਵੀ ਹੈ ਜੀ। ਔਰ ਸਾਰੇ ਰੰਗ ਨੇ, ਜਿੱਦਾਂ ਸਾਰੇ ਰੰਗਾਂ ਦੇ ਸਾਰੇ ਹੁੰਦੇ ਨੇ ਟੇਸਟ ਹੋ ਕੇ, ਅੱਡ ਅੱਡ ਪਾਣੀਆਂ ਦੇ ਗੋਲ ਗੱਪੇ, ਤੁਹਾਨੂੰ ਇਹ ਅੱਡ ਅੱਡ ਪਾਣੀ ਮਿਲਣਗੇ ਜਿੰਨੇ ਅਸੀਂ ਇਹਦੇ ਵਿੱਚ ਕਿਰਦਾਰ ਹਾਂ ਜੀ। ਬੀਐਨ ਸ਼ਰਮਾ ਸਾਹਿਬ ਨੇ ਕਮਾਲ ਕੀਤੀ ਹੋਈ ਫਿਲਮ ਦੇ ਵਿੱਚ, ਜੋ ਇਹਨਾਂ ਦਾ ਕਿਰਦਾਰ ਹੈ ਤੁਸੀਂ ਕਹੋਗੇ ਬਾ, ਸਾਡੇ ਸੈਂਟਰਲ ਹੈਗੇ ਨੇ, ਸਾਡੇ ਸੈਂਟਰ ਰੋਲ ਸਾਡਾ, ਸਾਡੇ ਬਹੁਤ ਪਿਆਰ ਕਰਨਾ ਆਡੀਅੰਸ ਨੇ, ਸੱਚੀ ਗੱਲ ਹੈ। ਗੋਲ ਗੱਪੇ ਦਾ ਦੇਖੋ ਉਹਨਾਂ ਚਿਰ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਉਹਦੇ ਵਿੱਚ ਛੋਲੇ ਅਤੇ ਆਲੂ ਨਾ ਪਾਏ ਹੋਣ। ਬਿਲਕੁਲ, ਸੋ ਵਿਚਾਲੇ ਬੈਠੇ ਨੇ, ਹੁਣ ਲਾ ਲਓ ਹਿਸਾਬ ਕੀ ਨੇ। ਮੈਂ ਥੋੜ੍ਹਾ ਜਿਹਾ ਡਾਊਨ ਟਾਈਮ ਵੀ ਦੇਖ ਰਿਹਾ ਸੀ, ਮੈਨੂੰ ਖੁਸ਼ੀ ਨਹੀਂ ਹੋ ਰਹੀ ਸੀ ਕਿ ਇੰਨੀ ਮਿਹਨਤ ਕਰੋ ਉਹਦੇ ਬਾਅਦ 'ਚ ਫਲ ਨਾ ਮਿਲੇ ਫਿਲਮ ਦੀ, ਅਤੇ ਮੈਂ ਥੋੜ੍ਹਾ ਜਿਹਾ ਇਮੋਸ਼ਨਲੀ ਡਿਟੈਚਡ ਹੋ ਗਿਆ ਸੀ। ਮੈਂ ਕਿਹਾ ਮੈਂ ਜਾ ਕੇ ਕੁਛ ਕਰਦਾ। ਕਹਾਣੀ ਰਾਮ ਕਹਾਣੀ ਸੁਣ ਕੇ ਮੈਨੂੰ ਲੱਗਦਾ ਯਾਰ ਇਹ ਮੇਰੇ ਤੋਂ ਵੀ ਗਏ ਗੁਜਰੇ। ਫਿਰ ਅਸੀਂ ਕੋਈ ਪਲੈਨਿੰਗ ਕਰਦੇ ਹਾਂ ਜਿਹਦੇ ਨਾਲ ਸਾਨੂੰ ਪੈਸਾ ਮਿਲ ਜਾਏ। ਇਹੋ ਜਿਹੇ ਹੈ ਵੀ ਇਹਨਾਂ ਨੇ ਮੇਰੇ ਐਂਡ ਤੱਕ ਮੇਰੇ ਹੱਥ ਪੈਸਾ ਲੱਗਣ ਨਹੀਂ ਦਿੱਤਾ, ਇਹ ਦੱਸੋ ਕਿਉਂ? ਫਿਰ ਤੁਸੀਂ ਐਂ ਹੱਸੋਗੇ। ਤੁਸੀਂ ਜਿਹੜੇ ਉਹਦਾ ਅਨਮਿਊਟ ਦੇ ਨਾਲ ਮੈਂ ਰਵਿੰਦਰ ਕੌਰ। ਸੋ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 17 ਫਰਵਰੀ ਨੂੰ ਗੋਲ ਗੱਪੇ, ਅਤੇ ਸਾਡੇ ਨਾਲ ਫਿਲਮ ਦੀ ਸਟਾਰ ਕਾਸਟ ਹੈ ਬੀਨੂ ਢਿੱਲੇ ਜੀ, ਬੀਐਨ ਸ਼ਰਮਾ ਅਤੇ ਰਜਤ ਬੇਦੀ ਜੀ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਭਾਜੀ? ਸਤਿ ਸ਼੍ਰੀ ਅਕਾਲ, ਤੇ ਮੈਨੂੰ ਸਤਿ ਸ਼੍ਰੀ ਅਕਾਲ ਕਰੋ ਨਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਹੈ। ਇਹਨਾਂ ਨੂੰ ਹੋਸਟ ਮੈਂ ਲੱਗਿਆ ਨਾ, ਮੈਂ ਅੱਗੇ ਮਾਈਕ ਕੀਤਾ ਤਾਂ ਉਹਨੇ ਮੈਨੂੰ ਬੁਲਾਤੀ। ਸੋ ਆਪਾਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦੇ ਹਾਂ। ਹਾਂਜੀ, ਸੋ ਸਰ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਆ ਰਹੇ ਹੋ ਫਸਟ ਟਾਈਮ ਮੂਵੀ ਗੋਲਗੱਪ, ਹਾਂਜੀ, ਵੱਖਰਾ ਕਨਸੈਪਟ, ਬਹੁਤ ਹੀ ਸੋਹਣਾ ਕਿਰਦਾਰ, ਕੋਈ ਮਿਲ ਗਿਆ ਤਾਂ ਤੁਹਾਨੂੰ ਇੱਕ ਪਹਿਚਾਣ ਮਿਲੀ, ਵਿਲਨ ਦਾ ਕਿਰਦਾਰ ਕਰਦੇ ਹੋ, ਐਂਟਰਟੇਨ ਕੋਈ ਮਿਲ ਗਿਆ ਦੇ ਬਾਅਦ ਐਂਟਰਟੇਨਮੈਂਟ ਤੁਸੀਂ ਲੈ ਕੇ ਆ ਰਹੇ ਹੋ, ਐਂਟਰਟੇਨਿੰਗ ਕਰੈਕਟਰ ਆ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹਾਂਗਾ, ਮੈਨੂੰ ਮੌਕਾ ਦਿੱਤਾ ਹੋਇਆ ਸਾਡੇ ਬੀਨੂ ਬਾਜੀ ਨੇ, ਬੀਐਨ ਸ਼ਰਮਾ ਜੀ ਨੇ, ਇਹ ਮੈਨੂੰ ਲਾਂਚ ਕਰ ਰਹੇ ਨੇ ਪੰਜਾਬੀ ਇੰਡਸਟਰੀ 'ਚ। ਮੈਨੂੰ ਸਿੱਖਣ ਬਹੁਤ ਮਿਲਿਆ, ਕਿਉਂਕਿ ਮੈਂ ਬਹੁਤ ਟਾਈਮ ਦੇ ਬਾਅਦ ਮੈਂ ਕੌਮਿਕ ਰੋਲ ਪਲੇ ਕਰ ਰਿਹਾ। ਮੈਂ ਬਹੁਤ ਸਾਰੇ ਡਿਸ਼ਮ ਦੇ ਰੋਲ, ਐਜ਼ ਐਨ ਐਕਸ਼ਨ ਐਕਟਰ, ਐਜ਼ ਅ ਹੀਰੋ, ਐਜ਼ ਅ ਵਿਲਨ, ਬਹੁਤ ਸਾਰਾ ਐਕਸ਼ਨ ਕੀਤਾ ਹੋਇਆ ਬਾਲੀਵੁੱਡ ਦੇ ਵਿੱਚ, ਬਟ ਐਜ਼ ਅ ਕੌਮਿਕ ਮੈਂ ਐਕਚੁਲੀ ਥੋੜ੍ਹਾ ਜਿਹਾ ਕੌਮਿਕ ਮੈਂ ਕੀਤਾ ਹੋਇਆ ਡੇਵਿਡ ਧਵਨ ਦੇ ਨਾਲ, ਜੋੜੀ ਨੰਬਰ 1, ਫਿਰ ਚੋਰ ਮਚਾਏ ਸ਼ੋਰ, ਪਾਰਟਨਰ, ਉਹਦੇ ਵਿੱਚ ਥੋੜ੍ਹਾ ਜਿਹਾ ਐਕਟ ਕੌਮਿਕ ਕੀਤਾ ਹੋਇਆ। ਬਟ ਜਿਹੜਾ ਮੌਕਾ ਮੈਨੂੰ ਇਸ ਫਿਲਮ ਦੇ ਵਿੱਚ ਮਿਲਿਆ, ਆਈ ਫੀਲ ਵੈਰੀ ਬਲੈਸਡ ਇਹਨਾਂ ਦੇ ਨਾਲ ਕੰਮ ਕਰਕੇ, ਸਮੀਪ ਕੰਗ ਜੀ ਦੇ ਨਾਲ ਕੰਮ ਕਰਕੇ ਮੈਨੂੰ ਸਿੱਖਣ ਬਹੁਤ ਮਿਲਿਆ, ਕਿਉਂਕਿ ਮੈਂ ਸੱਚੀ ਕਹਿ ਰਿਹਾ ਜਿਹੜਾ ਟੈਲੈਂਟ ਇਹ ਹੋਲਡ ਕਰਦੇ ਨੇ ਨਾ ਸਾਡੀ ਪੰਜਾਬੀ ਇੰਡਸਟਰੀ 'ਚ, ਇੱਦਾਂ ਦਾ ਟੈਲੈਂਟ ਸਾਡੀ ਬਾਲੀਵੁੱਡ ਇੰਡਸਟਰੀ ਵਿੱਚ ਵੀ ਨਹੀਂ ਹੈ। ਮੈਂ ਰੱਬ ਕਰੇ ਕਿ ਇਹ ਮੈਂ ਇਹਨਾਂ ਨੂੰ ਬਾਲੀਵੁੱਡ 'ਚ ਲੈ ਕੇ ਆਉਂ, ਸੱਚੀ ਮੇਰੀ ਦਿਲੋਂ ਤਮੰਨਾ ਹੈ ਕਿ ਮੈਂ ਇਹਨਾਂ ਨੂੰ ਬਾਲੀਵੁੱਡ 'ਚ ਲੈ ਕੇ ਜਾਵਾਂ। ਐਕਚੁਲੀ ਇਹਨਾਂ ਨੂੰ ਪੰਜਾਬੀ 'ਚ ਲਿਆ ਹੀ ਤਾਂ ਹੈ ਵੀ ਇਹ ਸਾਨੂੰ ਬਦਲਾ ਲੈਣ, ਸਾਡਾ ਇਸ ਗੱਲ ਦਾ ਬਦਲਾ ਲੈਣ, ਸਾਨੂੰ ਵੀ 2-3 ਫਿਲਮਾਂ ਹਿੰਦੀ ਵਾਲੀਆਂ ਕਰਾਉਣ। ਸੋ ਸਰ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗੀ, ਗੋਲਕ ਬੁਗਣੀ ਬੈਂਕ ਬਟੂਆ ਦੇ ਵਿੱਚ ਹਲਵਾਈ ਦਾ ਕਿਰਦਾਰ ਕੀਤਾ, ਤੇ ਹੁਣ ਫਿਰ ਫਿਲਮ ਦੇ ਵਿੱਚ ਤੁਸੀਂ ਕਰ ਰਹੇ ਹੋ ਹਲਵਾਈ ਦਾ ਕਿਰਦਾਰ, ਤੇ ਕਿੰਨਾ ਕੁ ਡਿਫਰੈਂਸ ਲੱਗਾ ਉਸ ਫਿਲਮ ਦੇ ਵਿੱਚ ਨੋਟਬੰਦੀ ਦੀ ਗੱਲ ਹੋਈ, ਇਸ ਫਿਲਮ ਦੇ ਵਿੱਚ ਸਾਨੂੰ ਕੁਝ ਹੋਰ ਦੇਖਣ ਨੂੰ ਮਿਲ ਰਿਹਾ? ਗੱਲ ਇਸ ਤਰ੍ਹਾਂ ਹੈ, ਮੈਨੂੰ ਲੱਗਦਾ ਜੇ ਮੇਰਾ ਐਕਟਿੰਗ ਦਾ ਕੰਮ ਨਾ ਚੱਲਿਆ ਹਲਵਾਈ ਹਲਵਾਈ ਪੱਕਾ। ਗੋਲਕ ਬੁਗਣੀ ਜਦੋਂ ਕਰ ਰਿਹਾ ਸੀਗਾ ਤਾਂ ਉੱਥੇ ਮੈਨੂੰ ਉਹਨਾਂ ਨੇ ਕੱਚੇ ਸਮੋਸੇ ਦਿੱਤੇ ਵੀ ਇਹ ਤਲੀ ਜਾਈ ਸੀਨ ਦੇ ਵਿੱਚ, ਇੱਦਾਂ ਮੈਨੂੰ ਉਹ ਆ ਗਏ।
ਹੁਣ ਇਸ ਇਸ ਫਿਲਮ ਦੇ ਵਿੱਚ ਮੈਨੂੰ ਬਰਫੀ ਕੱਟਣੀ ਵਧਾਉਣਾ ਯੇ ਵੋ ਇਹ ਸਾਰੀ ਚੀਜ਼ਾਂ ਦਾ ਸਮਝ ਆ ਗਿਆ ਮੈਨੂੰ ਲੱਗਦਾ ਇਹ ਲੋਕ ਹੌਲੀ ਹੌਲੀ ਮੈਨੂੰ ਹਟਾ ਕੇ ਭਾਜੀ ਕੱਲ੍ਹ ਨੂੰ ਬੱਚੇ ਦੇ ਵਿਆਹ ਕਰਨੇ ਨੇ ਹੁਣ ਆਪਾਂ ਬਾਹਰੋਂ ਨਹੀਂ ਬੰਦਾ ਬੁਲਾਉਣਾ ਆਪਾਂ ਹੀ ਚੱਕ ਦੇਣਾ ਕੰਮ ਭਾਜੀ ਹਲਵਾਈ ਆਪ ਹੀ ਬਣ ਜਾਣਾ ਥੋੜ੍ਹਾ ਬਹੁਤ ਕੰਮ ਕਰੋਨਾ ਵਿੱਚ ਵਾਈਫ ਨੇ ਸਿਖਾਤਾ ਸੀਗਾ ਪੋਚੇ ਲਾਉਣੇ ਜਾਲੇ ਝਾੜਨੇ ਮਤਲਬ ਹੁਣ ਤੁਹਾਨੂੰ ਪੂਰਾ ਪੈਕੇਜ ਮਿਲ ਪੂਰਾ ਪੈਕੇਜ ਮਿਲ ਗਿਆ ਸੋ ਸਰ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗੀ ਗੋਰਿਆਂ ਨੂੰ ਦਫਾ ਕਰੋ ਦੇ ਵਿੱਚ ਤੁਹਾਡਾ ਜਿਹੜਾ ਡਾਇਲੋਗ ਫੇਮਸ ਹੁੰਦਾ ਫਿਰ ਤੁਸੀਂ ਚੰਨੋ ਨੂੰ ਕਮਲੀ ਕਰਦੇ ਹੋ ਠੀਕ ਹੈ ਫਿਰ ਵਿਆਹ ਕਰਦੇ ਹੋ ਫਿਰ ਨੌਕਰ ਬਣਦੇ ਹੋ ਵੋਟੀ ਦਾ ਅਤੇ ਫਿਰ ਉਸ ਤੋਂ ਬਾਅਦ ਵਧਾਈਆਂ ਮਿਲਦੀਆਂ ਨੇ ਕਾਫੀ ਕੁਛ ਹੁੰਦਾ ਹੈ ਅਤੇ ਹੁਣ ਗੋਲ ਗੱਪੇ ਜੀ ਗੋਲ ਗੱਪੇ ਵਾਈਫ ਨੂੰ ਪਸੰਦ ਆ ਵਾਈਫ ਨੂੰ ਕੀ ਮੈਨੂੰ ਜ਼ਿਆਦਾ ਪਸੰਦ ਹੈ ਤੁਹਾਨੂੰ ਜ਼ਿਆਦਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ ਦਹੀਂ ਭੱਲੇ ਵੀ ਪਸੰਦ ਹੈ ਪਰ ਮੈਂ ਦਹੀਂ ਭੱਲੇ ਦਾ ਤਾਂ ਨਹੀਂ ਨਾਂ ਲੈ ਰਿਹਾ ਕਿਉਂਕਿ ਸਾਡੀ ਫਿਲਮ 'ਚ ਭੱਲਾ ਸਾਫ ਹੈ ਨਹੀਂ ਇਸ ਕਰਕੇ ਹੁਣ ਗੋਲ ਗੱਪੇ ਦੀ ਗੱਲ ਕਰਾਂਗੇ ਗੋਲ ਗੱਪੇ ਬਹੁਤ ਕਮਾਲ ਦੀ ਮੂਵੀ ਹੈ ਜੀ ਔਰ ਸਾਰੇ ਰੰਗ ਨੇ ਜਿੱਦਾਂ ਸਾਰੇ ਰੰਗਾਂ ਦੇ ਸਾਰੇ ਹੁੰਦੇ ਨੇ ਟੇਸਟ ਹੋ ਕੇ ਅੱਡ ਅੱਡ ਪਾਣੀਆਂ ਦੇ ਗੋਲ ਗੱਪੇ ਤੁਹਾਨੂੰ ਇਹ ਅੱਡ ਅੱਡ ਪਾਣੀ ਮਿਲਣਗੇ ਜਿੰਨੇ ਅਸੀਂ ਇਹਦੇ ਵਿੱਚ ਕਿਰਦਾਰ ਹਾਂ ਜੀ ਸਾਰੇ ਅੱਡ ਅੱਡ ਪਾਣੀਆਂ ਦੇ ਗੋਲ ਗੱਪੇ ਤੁਹਾਨੂੰ ਜਿੰਨੇ ਗੋਲ ਗੱਪੇ ਖਾਣ 'ਚ ਸਵਾਦ ਹੁੰਦੇ ਨੇ ਉਹਨਾਂ ਤੁਹਾਨੂੰ ਪਹਿਲੀ ਵਾਰੀ ਦੇਖ ਕੇ ਸਵਾਦ ਹੋਊਗਾ ਵੀ ਕਿਆ ਬਾਤ ਹੈ ਯਾਰ ਆਹ ਗੋਲ ਗੱਪੇ ਵੀ ਬੜੇ ਘੈਂਟ ਹੈ ਸੋ ਫਿਲਮ ਦੇ ਵਿੱਚ ਕਿਰਦਾਰ ਦੀ ਗੱਲ ਕਰੀਏ ਤਾਂ ਵੱਖਰਾ ਕਿਰਦਾਰ ਪੇਸ਼ ਹੋਣ ਜਾ ਰਿਹਾ ਠੀਕ ਹੈ ਤੁਸੀਂ ਸਮੀਪ ਕੰਗ ਜੀ ਨਾਲ ਪਹਿਲਾਂ ਵੀ ਫਿਲਮਾਂ ਕੀਤੀਆਂ ਨੇ ਅਤੇ ਉਹਨਾਂ ਤੋਂ ਬਾਅਦ ਇੱਕ ਸਾਲ ਸ਼ਾਇਦ ਤੁਸੀਂ ਇੱਕ ਸਾਲ ਬਾਅਦ ਵਾਪਸ ਆ ਰਹੇ ਹੋ ਅਤੇ ਕਿੰਨਾ ਕੁ ਡਿਫਰੈਂਸ ਲੱਗ ਰਿਹਾ ਨਹੀਂ ਬਹੁਤ ਵਧੀਆ ਜਦੋਂ ਦੇਖੋ ਕਨਸੈਪਟ ਦੀ ਗੱਲ ਹੁੰਦੀ ਹੈ ਜਦੋਂ ਕੋਈ ਕਨਸੈਪਟ ਜਾਂ ਕੋਈ ਕਿਰਦਾਰ ਕਰਨ ਨੂੰ ਮਿਲਦਾ ਨਾ ਵੱਖਰਾ ਤਾਂ ਬਹੁਤ ਵਧੀਆ ਬਹੁਤ ਚੈਲੇਂਜਿੰਗ ਔਰ ਬਹੁਤ ਆਪਣੇ ਆਪ ਨੂੰ ਮੁਹੱਬਤ ਹੈ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਵੀ ਚਲੋ ਵੱਖਰਾ ਕੁਛ ਕਰਨ ਨੂੰ ਮਿਲਿਆ ਯਾਰ ਸੋ ਇਹ ਬਹੁਤ ਵਧੀਆ ਇੱਕ ਵਿਲੱਖਣ ਫਿਲਮ ਹੈ ਜੀ ਇੱਕ ਵੱਖਰਾ ਕਨਸੈਪਟ ਹੈ ਇੱਕ ਵੱਖਰੀ ਸਟੋਰੀ ਹੈ ਸਟੋਰੀ ਦੇ ਵਿੱਚ ਲਪੇਟੀ ਹੋਈ ਕਮੇਡੀ ਹੈਗੀ ਹੈ ਜੀ ਔਰ ਕਮੇਡੀ ਤੁਸੀਂ ਸਾਰੇ ਜਣੇ ਪਸੰਦ ਕਰਦੇ ਹੋ ਸਾਡੀਆਂ ਸ਼ਰਾਰਤਾਂ ਜਿਹੜੀਆਂ ਅਸੀਂ ਨੋਕ ਚੋਕ ਜੀ ਕਰਦੇ ਹਾਂ ਅਤੇ ਇਸ ਵਾਰ ਦੇਖੋਗੇ ਬੀ ਐਨ ਸ਼ਰਮਾ ਸਾਹਿਬ ਨੇ ਕਮਾਲ ਕੀਤੀ ਹੋਈ ਹੈ ਫਿਲਮ ਦੇ ਵਿੱਚ ਜੋ ਇਹਨਾਂ ਦਾ ਕਿਰਦਾਰ ਹੈ ਤੁਸੀਂ ਕਹੋਗੇ ਸਾਡੇ ਸੈਂਟਰਲ ਹੈਗੇ ਨੇ ਸਾਡੇ ਸੈਂਟਰ ਰੋਲ ਸਾਡਾ ਬਹੁਤ ਪਿਆਰ ਕਰਨਾ ਆਡੀਅੰਸ ਨੇ ਸੱਚੀ ਗੱਲ ਹੈ ਇਹਨਾਂ ਨੇ ਇਹਨਾਂ ਦਾ ਰੋਲ ਸਾਡੇ ਹੀਰੋ ਨੇ ਜੀ ਇਸ ਫਿਲਮ ਦੇ ਔਰ ਮੈਂ ਕਹਿੰਦਾ ਬੀ ਐਨ ਭਾਜੀ ਦਾ ਸਭ ਤੋਂ ਬੈਸਟ ਕਿਰਦਾਰ ਹੋਣਾ ਹੁਣ ਤੱਕ ਦਾ ਔਰ ਫਿਲਮ ਦੇਖੋਗੇ ਫਿਲਮ ਤੁਹਾਨੂੰ ਸਵਾਦ ਲਿਆ ਦੂਗੀ ਸਾਰੇ ਜਣੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਓ ਜੀ ਅਤੇ ਜਦੋਂ ਫਿਲਮ ਦਾ ਇੱਕ ਸੁਰ ਰੱਖਿਆ ਗਿਆ ਜਦੋਂ ਇੱਕ ਮਾਹੌਲ ਬਣ ਗਿਆ ਤੁਸੀਂ ਸਿਨੇਮਾਘਰ ਦੇ ਵਿੱਚ ਬੈਠ ਕੇ ਤੁਹਾਨੂੰ ਆਨੰਦ ਆਜੂਗਾ ਔਰ ਤੁਸੀਂ ਫਿਰ ਇਹਦੀਆਂ ਗੱਲਾਂ ਕਰੋਗੇ ਵੀ ਸਵਾਦ ਆ ਗਿਆ ਯਾਰ ਨਹੀਂ ਦੇਖੋ ਇੱਕ ਜਿਹੜੀ ਇਹਨਾਂ ਨੇ ਗੱਲ ਕੀਤੀ ਜਿੱਦਾਂ ਮੈਨੂੰ ਬਿਠਾਇਆ ਹੋਇਆ ਨਾ ਵਿੱਚ ਇਸ ਤਰ੍ਹਾਂ ਹੀ ਮੈਨੂੰ ਫਿਲਮ ਦੇ ਵਿੱਚ ਪੋਸਟਰ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਵਿੱਚ ਹੀ ਉਹ ਤੁਸੀਂ ਮੈਨੂੰ ਰੋਲ ਕੇ ਰੱਖਤਾ ਇਨ ਦੋਨਾਂ ਨੇ ਇਸ ਤਰ੍ਹਾਂ ਮੈਨੂੰ ਇਹਦੇ ਨੇ ਰੋਲਿਆ ਨਾ ਮਤਲਬ ਮੈਨੂੰ ਲੱਗਦਾ ਇੰਨਾ ਫੁੱਟਬਾਲ ਦੇ ਕਿੱਕਾਂ ਨਹੀਂ ਪੈਂਦੀ ਹੈ ਜਿੰਨੀਆਂ ਇਨ ਦੋਨਾਂ ਨੇ ਮੈਨੂੰ ਮਾਰੀਆਂ ਬਹੁਤ ਵਧੀਆ ਇਹ ਗੋਲ ਗੱਪੇ ਦਾ ਦੇਖੋ ਉਹਨਾਂ ਚਿਰ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਉਹਦੇ ਵਿੱਚ ਛੋਲੇ ਤੇ ਆਲੂ ਨਾ ਪਾਏ ਹੋਣ ਬਿਲਕੁਲ ਸੋ ਵਿਚਾਲੇ ਬੈਠੇ ਨੇ ਹੁਣ ਲਾ ਲਓ ਹਿਸਾਬੇ ਕੀ ਨੇ ਗੋਲ ਗੱਪਾ ਉਸ ਉਹ ਛੋਲੇ ਅਤੇ ਆਲੂਆਂ ਤੋਂ ਬਿਨਾਂ ਫਿੱਕਾ ਲੱਗਦਾ ਨਾ ਕੋਈ ਖਾਂਦਾ ਸੋ ਇਹ ਉਹ ਕੰਮ ਕੀਤਾ ਇਹਨਾਂ ਨੇ ਫਿਲਮ ਦੇ ਵਿੱਚ ਸੋ ਸਰ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗੀ ਕੈਨੇਡਾ ਦੇ ਵਿੱਚ ਜਾ ਕੇ ਬਿਜ਼ਨਸ ਸ਼ੁਰੂ ਕੀਤਾ ਬਹੁਤ ਵੱਡਾ ਕਾਰੋਬਾਰ ਹੈਗਾ ਸਾਡਾ ਉਹੀ ਕਹਿ ਰਹੀ ਹਾਂ ਫਿਰ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਕਿਉਂ ਬਾਲੀਵੁੱਡ ਨਹੀਂ ਮੈਨੂੰ ਅੱਛਾ ਤੁਸੀਂ ਇਹਨਾਂ ਨੂੰ ਵਾਪਸ ਨਾ ਮੋੜ ਦਿਓ ਮਸਾਂ ਆਏ ਨੇ ਇੱਦਾਂ ਦੇ ਪ੍ਰੋਡਿਊਸਰ ਨਹੀਂ ਬਿਲਕੁਲ ਇੱਦਾਂ ਦੇ ਪ੍ਰੋਡਿਊਸਰ ਔਰ ਸਦਕੇ ਜਾਈਏ ਵੈਲਕਮ ਸਾਡੀ ਇੰਡਸਟਰੀ ਵੈਲਕਮ ਕਰਦੀ ਹੈ ਕੋਈ ਵੀ ਪ੍ਰੋਡਿਊਸਰ ਆਉਂਦਾ ਤਾਂ ਅਸੀਂ ਪੂਰਾ ਸਾਥ ਦਿੰਦੇ ਹਾਂ ਔਰ ਬਾਈ ਦਾ ਆਗਾਜ਼ ਹੋਇਆ ਇਸ ਫਿਲਮ ਦੇ ਨਾਲ ਇਸ ਫਿਲਮ ਦੇ ਵਿੱਚ ਡੈਬਿਊ ਕਰ ਰਹੇ ਨੇ ਪਹਿਲੀ ਵਾਰੀ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਔਰ ਐਜ਼ ਅ ਪ੍ਰੋਡਿਊਸਰ ਔਰ ਐਜ਼ ਐਨ ਐਕਟਰ ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਖਾਨਦਾਨ ਕਿਹੜਾ ਉਹ ਵੀ ਤਾਂ ਦੇਖੋ ਨਾ ਨਰਿੰਦਰ ਬੇਦੀ ਜੀ ਜੋ ਕਿ ਮਤਲਬ ਜਿਨ ਗਰੰਟਿਡ ਹਿੱਟ ਫਿਲਮਾਂ ਦਿੰਦੇ ਸੀ ਔਰ ਉਹਨਾਂ ਤੋਂ ਉੱਪਰ ਰਜਿੰਦਰ ਸਿੰਘ ਬੇਦੀ ਜੀ ਦਾਦਾ ਜੀ ਕਿਹੜਾ ਅਵਾਰਡ ਸੀਗਾ ਉਹਨਾਂ ਦਾ ਨੈਸ਼ਨਲ ਅਵਾਰਡ ਵਿਨਿੰਗ ਫਿਲਮ ਸਾਹਿਤਕ ਅਵਾਰਡ ਕਰੇ ਫੋਨ ਕਰਕੇ ਪੁੱਛ ਲਓ ਮਤਲਬ ਦੇਖੋ ਉਹ ਉਹ ਪਰਿਵਾਰ ਹੈ ਤਾਂ ਇਹਦਾ ਮਤਲਬ ਇਹ ਤਾਂ ਹੈ ਕਿ ਇਹਨਾਂ ਦੇ ਅੰਦਰ ਜੀਨਸ ਦੇ ਵਿੱਚ ਟੈਲੈਂਟ ਤਾਂ ਹੈ ਹੀ ਕਲਾਕਾਰੀ ਤਾਂ ਹੈ ਹੀ ਹੈ ਫਿਰ ਜਿਹੜੇ ਪੈਸੇ ਆਏ ਉਹ ਵੀ ਇਹ ਪੰਜਾਬ 'ਤੇ ਲਾਣ ਆਏ ਤਾਂ ਇਹ ਨਾ ਕਹੋ ਕਿ ਇਹ ਪ੍ਰੋਡਿਊਸਰ ਹੈ ਇਹ ਇੱਕ ਤਰ੍ਹਾਂ ਦੇ ਸ਼ਰਵਣ ਕੁਮਾਰ ਹੈ ਜਿੱਦਾਂ ਮਾਂ ਬੋਲੀ ਦੀ ਸੇਵਾ ਕਰਨੀ ਆਪਣੇ ਮਾਂ ਪਿਓ ਦੀ ਸੇਵਾ ਕਰਨੀ ਇੱਦਾਂ ਜੇ ਆਪਣੀ ਭਾਸ਼ਾ ਆਪਣੀ ਜ਼ੁਬਾਨ ਦੀ ਅਸੀਂ ਵੀ ਕਰ ਰਹੇ ਹਾਂ ਮਾੜੀ ਮੋਟੀ ਸੇਵਾ ਇਹ ਲੋਕ ਜਿਹੜੇ ਪੈਸੇ ਲਾ ਕੇ ਵੀ ਕਰ ਰਹੇ ਹੈ ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਸ਼ਰਵਣ ਕੁਮਾਰ ਹੈ ਅਤੇ ਦਰਸ਼ਕ ਜਿਹੜੇ ਦੇਖਦੇ ਹੈ ਟਿਕਟਾਂ ਲੈ ਕੇ ਇਹ ਵੀ ਸ਼ਰਵਣ ਕੁਮਾਰ ਹੈ ਜੇ ਸਾਡੀ ਜ਼ੁਬਾਨ ਜ਼ਿੰਦਾ ਰਹੇਗੀ ਤਾਂ ਅਸੀਂ ਕਲਾਕਾਰ ਸਾਹਿਤਕਾਰ ਕਵੀ ਪੋਇਟ ਜਿੰਨੇ ਵੀ ਲੋਕ ਹੈ ਅਸੀਂ ਜ਼ਿੰਦਾ ਰਹਾਂਗੇ
ਜ਼ੁਬਾਨ ਪੰਜਾਬੀ ਜ਼ਿੰਦਾ ਰਹਿਣੀ ਚਾਹੀਦੀ ਹੈ। ਪੰਜਾਬੀ ਮਾਂ ਬੋਲੀ ਵੀ ਆ ਰਹੀ ਹੈ ਸਰ, ਮਾਂ ਬੋਲੀ ਦਿਵਸ ਵੀ ਆ ਰਿਹਾ। ਅਬਰ ਤੁਸੀਂ ਗੱਲ ਕੀਤੀ ਸੀ, ਤੁਸੀਂ ਉਹਨਾਂ ਨੂੰ ਪੁੱਛ ਰਹੇ ਸੀ, ਅਸੀਂ ਵਿਚਾਲੇ ਹੀ ਰੋਕ ਲਿਆ ਜੀ, ਉਹਨਾਂ ਨੂੰ ਪੁੱਛ ਰਿਹਾ ਸੀ ਤੁਸੀਂ ਸੱਤ ਸਮੁੰਦਰ ਪਾਰ ਟੱਪ ਕੇ ਕਿਉਂ ਪ੍ਰੋਡਿਊਸ ਕੀਤੀ ਔਰ ਪੰਜਾਬੀ ਹੋ ਗਏ, ਤੇ ਨਾਲੇ ਸਾਡੇ ਵਾਸਤੇ ਮਾਣ ਦੀ ਗੱਲ ਵੀ ਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆ ਰਹੇ। ਬਿਲਕੁਲ ਬਿਲਕੁਲ, ਤੁਸੀਂ ਉਹਦਾ ਆਨਸਰ ਦੇਣਾ ਸੀ, ਅਸੀਂ ਵਿਚਾਲੇ ਮਾਈਕ ਫੜ ਲਿਆ ਕਿਉਂਕਿ ਪਾਣੀ ਦੇਖੋ ਹਮੇਸ਼ਾ ਪੁਲਾਂ ਥਲੋਂ ਹੀ ਲੰਘਦਾ, ਅਸੀਂ ਐਂ ਜਾਣ ਨਹੀਂ ਦਿੰਦੇ। ਹੁਣ ਤੁਹਾਡੇ ਵਾਲੇ ਪਾਸਿਓ ਮੈਂ ਕਾਇਮ ਉਹਨਾਂ ਚਾਰ ਗੱਲਾਂ ਫੇਰ ਕਰ ਜਾਣੀਆਂ ਜੋ ਇੱਧਰੋਂ ਤੁਹਾਨੂੰ ਫੜਾਉਣਾ, ਚਾਰ ਫੇਰ ਹੋ ਜਾਣਾ ਸੀ, ਚਾਰ ਗੱਲਾਂ ਫੇਰ ਕਰ ਲੈਣੀਆਂ ਨੇ, ਗੱਲਾਂ ਦੇ ਪੈਸੇ ਪਰ ਇਹ ਗੱਲਾਂ ਦੇ ਪੈਸੇ ਨਹੀਂ ਮਿਲਣੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿੱਦਾਂ ਭਾਅ ਜੀ ਨੇ ਦੱਸਿਆ, ਮੈਂ ਭਾਅ ਜੀ ਤੋਂ ਪਹਿਲਾਂ ਮਾਫ਼ੀ ਮੰਗਦਾ, ਬਾਕੀ ਮੈਂ ਇੱਕ ਗੱਲ ਕਰਨੀ ਚਾਹੁੰਦਾ ਹੈ ਨਾ ਤੁਹਾਡੇ ਮੀਡੀਆ ਥਰੂ, ਵੀ ਅਸੀਂ ਪੰਜਾਬੀ ਜ਼ੁਬਾਨ ਦੀ ਸੇਵਾ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ ਪੰਜਾਬੀ ਮਾਂ ਬੋਲੀ ਦੀ ਸੇਵਾ, ਉਲਟਾ ਪੰਜਾਬੀ ਮਾਂ ਬੋਲੀ ਸਾਡੀ ਸੇਵਾ ਕਰਦੀ ਹੈ, ਜਿਹਨੂੰ ਬੋਲ ਕੇ, ਜਿਹਨੂੰ ਗਾ ਕੇ, ਜਿਹਦੇ ਵਿੱਚ ਐਕਟ ਕਰਕੇ ਅਸੀਂ ਆਪਣਾ ਪੇਟ ਪਾਲਦੇ ਹਾਂ, ਆਪਣੇ ਬੱਚਿਆਂ ਦਾ ਪੇਟ ਪਾਲਦੇ ਹਾਂ, ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਾਂ। ਸੋ ਹਮੇਸ਼ਾ ਹੀ ਸਲਿਊਟ ਆ ਸਾਡੀ ਮਾਂ ਬੋਲੀ ਨੂੰ, ਹਮੇਸ਼ਾ ਹੀ ਚੜ੍ਹਦੀਆਂ ਕਲਾ ਵਿੱਚ ਰਹੇ ਸਾਡੀ ਮਾਂ ਬੋਲੀ, ਅਤੇ ਇੱਦਾਂ ਹੀ ਆਪਣਾ ਆਸ਼ੀਰਵਾਦ ਸਾਡੇ 'ਤੇ ਬਣਾਈ ਰੱਖੇ। ਅਤੇ ਤੁਸੀਂ ਪੁੱਛਣ ਲੱਗੇ ਸੀ ਵੀ ਪ੍ਰੋਡਿਊਸਰ ਕਿੱਦਾਂ ਇੱਧਰ ਆਏ, ਗੱਲ ਕਰੋ। ਸੋ ਇੱਦਾਂ ਹੀ ਫਿਰ ਦੁਬਾਰੇ ਫਿਰ ਹੋਈ ਗੱਲ, ਪਾਣੀ ਪੁਲਾਂ ਥੱਲੋਂ ਹੀ ਲੰਘਦਾ, ਅਸੀਂ ਚਾਰ ਚਾਰ ਗੱਲਾਂ ਕਰਦੇ ਜਾਣਾ। ਲਓ ਸੇਮ 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 ਪ੍ਰੋਡਿਊਸਰ, ਤੁਸੀਂ ਇੱਧਰ ਕਿੱਦਾਂ ਮਾਹੌਲ? ਨਹੀਂ, ਜਦੋਂ ਮੈਂ ਕੈਨੇਡਾ ਗਿਆ ਉਸ ਮੈਂ ਪੌਜ਼ ਲੈ ਕੇ, ਬਾਲੀਵੁੱਡ ਇੰਡਸਟਰੀ ਤੋਂ ਪੌਜ਼ ਲੈ ਕੇ, ਮੈਨੂੰ ਲੱਗਿਆ ਮੈਂ ਆਮ ਅ ਗੁੱਡ ਬਿਜ਼ਨਸਮੈਨ, ਜਿਹੜੀ ਗੱਲ ਗਲਤ ਹੈ ਮੈਨੂੰ ਲੱਗਿਆ ਉਹ, ਅਤੇ ਮੈਂ ਕਿਹਾ ਮੈਂ ਬਾਲੀਵੁੱਡ 'ਚ ਪੌਜ਼ ਲੈ ਕੇ ਜਾ ਕੇ ਬਿਜ਼ਨਸ ਕਰਦਾ, ਮੈਂ ਓਵਰਸੀਜ਼ ਜਾ ਕੇ। ਬੜਾ ਕੌਨਫੀਡੈਂਸ ਸੀਗਾ ਕਿਉਂਕਿ ਮੇਰੇ ਦੋਸਤ ਯਾਰ ਬਹੁਤ ਵੱਡੇ ਵੱਡੇ ਇੰਡਸਟਰੀਲਿਸਟ ਨੇ ਇੰਡੀਆ ਦੇ ਵਿੱਚ, ਅਤੇ ਮੈਨੂੰ ਲੱਗਿਆ ਯਾਰ ਇਹ ਮੈਂ ਕੁਛ ਕਰਨਾ ਚਾਹ ਰਿਹਾ ਮਤਲਬ, ਔਰ ਟੂ ਬੀ ਓਨੈਸਟ ਜਿਹੜਾ ਬਾਲੀਵੁੱਡ ਦੇ ਵਿੱਚ ਮੈਂ ਥੋੜ੍ਹਾ ਜਿਹਾ ਡਾਊਨ ਟਾਈਮ ਵੀ ਦੇਖ ਰਿਹਾ ਸੀ, ਮੈਨੂੰ ਖੁਸ਼ੀ ਨਹੀਂ ਹੋ ਰਹੀ ਸੀ ਕਿ ਇੰਨੀ ਮਿਹਨਤ ਕਰੋ ਅਤੇ ਬਾਅਦ 'ਚ ਫਲ ਨਾ ਮਿਲੇ ਫਿਲਮ ਦੀ, ਅਤੇ ਮੈਂ ਥੋੜ੍ਹਾ ਜਿਹਾ ਇਮੋਸ਼ਨਲੀ ਡਿਟੈਚਡ ਹੋ ਗਿਆ ਸੀ। ਮੈਂ ਕਿਹਾ ਮੈਂ ਜਾ ਕੇ ਕੁਛ ਕਰਦਾ। ਫਿਰ ਜਦੋਂ ਮੈਂ ਕੈਨੇਡਾ ਗਿਆ ਤਾਂ ਉਸ ਵੇਲੇ ਮੈਨੂੰ ਪੰਜਾਬੀ ਨਹੀਂ ਆਉਂਦੀ ਸੀ ਕਿਉਂਕਿ ਮੈਂ ਬੰਬੇ ਦਾ ਪੱਲਿਆ ਬੜਿਆ ਜੰਮਿਆ ਬੰਬੇ ਦਾ ਹੈਗਾ, ਘਰ ਦੇ ਵਿੱਚ ਮੰਮੀ ਖਾਲੀ ਪੰਜਾਬੀ 'ਚ ਗੱਲ ਕਰਦੀ ਹੈ, ਬਾਕੀ ਸਾਰੇ ਅੰਗਰੇਜ਼ ਨੇ ਬੰਬੇ ਦੇ ਵਿੱਚ, ਜਾਂ ਤਾਂ ਹਿੰਦੀ ਦੇ ਵਿੱਚ ਗੱਲ ਕਰਦੇ ਆ ਅਤੇ ਅੰਗਰੇਜ਼ੀ ਦੇ ਵਿੱਚ। ਅਤੇ ਜਦੋਂ ਮੈਂ ਗਿਆ ਪੰਜਾਬ ਮਤਲਬ ਆਪਣਾ ਪੰਜਾਬ ਨਹੀਂ ਵੈਂਕੂਵਰ, ਮੈਂ ਕਿਹਾ ਕੈਨੇਡਾ ਗਿਆ, ਅੱਛਾ ਉੱਥੇ ਪ੍ਰੋਬਲਮ ਇਹ ਹੋਏ ਜਿਹਦੇ ਨਾਲ ਵੀ ਗੱਲ ਕਰੋ ਅਤੇ ਜਾਂ ਤਾਂ ਉਹ ਪੰਜਾਬੀ 'ਚ ਗੱਲ ਕਰਦੇ ਨੇ ਜਾਂ ਇੰਗਲਿਸ਼ 'ਚ ਗੱਲ ਕਰਦੇ ਨੇ, ਅਤੇ ਇੰਗਲਿਸ਼ ਤਾਂ ਆਉਂਦੀ ਹੈ ਮੈਨੂੰ, ਬਟ ਜਦੋਂ ਆਪਣੇ ਕੀ ਕਹਿੰਦੇ ਨੇ ਆਪਣੇ ਕਮਿਊਨਿਟੀ ਦੇ ਨਾਲ ਕਿਸੇ ਦੇ ਨਾਲ ਵੀ ਗੱਲ ਕਰੋ, ਉਹਨਾਂ ਨੂੰ ਘੱਟ ਇੰਗਲਿਸ਼ ਆਉਂਦੀ, ਉਹਨਾਂ ਨੂੰ ਪੰਜਾਬੀ ਆਉਂਦੀ, ਅਤੇ ਮੈਨੂੰ ਪੰਜਾਬੀ 'ਚ ਗੱਲ ਕਰਨੀ ਪਈ। ਅਤੇ ਉਸ ਵੇਲੇ ਮੈਨੂੰ ਬੜਾ ਪਿਆਰ ਵੀ ਸੀਗਾ ਪੰਜਾਬੀ 'ਚ ਕਿਉਂਕਿ ਮੈਨੂੰ ਸਵਾਦ ਬੜਾ ਹੈਗਾ ਪੰਜਾਬੀ 'ਚ ਗੱਲ ਕਰਕੇ, ਨਹੀਂ ਅਤੇ ਮੈਂ ਆਈਜ਼ ਟੂ ਹੋਰ ਐਵਰੀਆਂ ਪੰਜਾਬੀ 'ਚ ਗੱਲ ਕਰ, ਬੜੀ ਕੋਸ਼ਿਸ਼ ਕਰਕੇ ਰਿਪਲਾਈ ਵੀ ਦਿੰਦਾ ਸੀ ਪੰਜਾਬੀ 'ਚ, ਕੌਲੀ ਪੌੜੀਆਂ ਫਿਰ ਮੀਂਹ ਪੈ ਰਹੀ ਹੈ ਇਹ ਸਾਰਾ ਨਾ ਮੈਂ ਸੁਣ ਕੇ ਮੇਰੇ ਮੇਲੇ ਕਾਫੀ ਨਵਾਂਪਨ ਸੀਗਾ। ਅਤੇ ਉਸ ਵੇਲੇ ਮੈਨੂੰ ਥੋੜ੍ਹੇ ਜਿਹੜੇ ਮੇਰੇ ਬਿਜ਼ਨਸ ਕਲੀਗ ਸੀਗੇ ਉਹਨਾਂ ਦੇ ਵਿੱਚ ਇੱਕ ਮਿਸਟਰ ਥਿੰਡਵੀ ਨੇ ਜਿਹੜੇ ਪੰਜਾਬੀ ਫਿਲਮਾਂ ਬਣਾਉਂਦੇ ਨੇ, ਉਸ ਵੇਲੇ ਮੈਂ ਉਹਨਾਂ ਨੂੰ ਪੰਜਾਬੀ ਇੰਡਸਟਰੀ 'ਚ ਲੈ ਕੇ ਆਇਆ। ਫਿਰ ਮੈਂ ਤਿੰਨ ਫਿਲਮਾਂ ਸ਼ੁਰੂ ਕੀਤੀ, ਇੱਕ ਵਾਈਟਲ ਦੇ ਨਾਲ ਔਰ ਥਿੰਡ ਸਾਹਿਬ ਦੇ ਨਾਲ, ਜਿਹੜੀ ਪੰਜਾਬ 1984, ਸਾਹਿਬ ਬਹਾਦੁਰ, ਸਰਦਾਰ ਜੀ 2, ਇਹ ਸਾਰਿਆਂ ਦੇ ਵਿੱਚ ਮੈਂ ਕਾਫੀ ਇਨਵੋਲਵ ਸੀਗਾ। ਅਤੇ ਇਹ ਹੋਪ ਲੈ ਕੇ ਵੀ ਕਿ ਮੈਂ ਅੱਗੇ ਜਾ ਕੇ ਗਾਂ ਜਾ ਕੇ ਮੈਂ ਪੰਜਾਬੀ ਫਿਲਮ ਵੀ ਕਰਨੀ ਐਜ਼ ਐਨ ਐਕਟਰ ਜਾਂ ਪ੍ਰੋਡਿਊਸ ਵੀ ਕਰਾਂਗਾ, ਬਟ ਉਹਦੇ ਵਿੱਚ ਵੀ ਕੁਝ ਬਣਿਆ ਨਹੀਂ, ਗੱਲ ਨਹੀਂ ਬਣੀ। ਅਤੇ ਬਿਜ਼ਨਸ ਦਾ ਮਾਹੌਲ ਚੱਲਦਾ ਗਿਆ, ਬਟ ਇੱਛਾ ਹਮੇਸ਼ਾ ਇਹ ਸੀਗੀ ਕਿ ਯਾਰ ਮੈਂ ਕੈਮਰਾ ਦੇ ਅੱਗੇ ਆਵਾਂ। ਟੂ ਬੀ ਓਨੈਸਟ, ਮੈਂ ਬਿਜ਼ਨਸ ਕਰਕੇ ਦੇਖ ਚੁੱਕਿਆ, ਮੈਂ ਬਿਜ਼ਨਸਮੈਨ ਬਹੁਤ ਵਧੀਆ ਨਹੀਂ ਹੈਗਾ, ਜਿਹੜਾ ਕੈਮਰਾ ਦੇ ਅੱਗੇ ਹੀ ਮੈਨੂੰ ਸਵਾਦ ਆਉਂਦਾ, ਪਿਆਰ ਆਉਂਦਾ, ਮੈਨੂੰ ਆਈ ਲਵ ਬੀਂਗ ਇਨ ਫਰੰਟ ਆਫ ਦ ਕੈਮਰਾ। ਫਿਰ ਮੈਨੂੰ ਮੌਕਾ ਇੱਕ ਮਿਲਿਆ ਕਿ ਮੈਂ ਬੀਨੂ ਭਾਅ ਜੀ ਦੇ ਨਾਲ, ਸਮੀ ਭਾਅ ਜੀ ਦੇ ਨਾਲ ਰਲ ਕੇ, ਸ਼ਰਮਾ ਜੀ ਦੇ ਨਾਲ ਰਲ ਕੇ ਸੈਟਅਪ ਹੋਇਆ ਗੋਲ ਗੱਪੇ, ਔਰ ਫਿਰ ਅੱਗੇ ਗੱਡੀ ਚੱਲ ਪਈ ਮੇਰੀ, ਔਰ ਮੈਂ ਟੂ ਬੀ ਓਨੈਸਟ ਪਰਫੋਰਮੈਂਸ ਦੇ ਵਿੱਚ ਵੀ ਮੈਨੂੰ ਬੜਾ ਸਪੋਰਟ ਦਿੱਤਾ ਬੀਨੂ ਭਾਅ ਜੀ ਨੇ, ਸ਼ਰਮਾ ਜੀ ਨੇ ਪੰਜਾਬੀ ਦੇ ਵਿੱਚ ਕਿ ਇੱਦਾਂ ਨਹੀਂ ਉੱਦਾਂ ਕਰੀਦਾ, ਇੱਦਾਂ ਕਰੀਦਾ, ਇੱਦਾਂ ਕਰੀਦਾ, ਅਤੇ ਬਹੁਤ ਵਧੀਆ ਹੋ ਗਿਆ ਸਾਰਾ ਕੁਛ। ਜਿੱਦਾਂ ਭਾਅ ਜੀ ਨੇ ਦੱਸਿਆ ਨਾ ਵੀ ਇਹ ਇਹਨਾਂ ਨੇ ਬਿਜ਼ਨਸ ਕੀਤਾ ਅਤੇ ਇਹਨਾਂ ਨੂੰ ਐਂ ਸੀ ਵੀ ਉਹ 'ਚ ਕੋਈ ਫਲ ਮਿਲੂਗਾ ਜਾਂ ਉੱਥੋਂ, ਹੈ ਨਾ, ਇੱਦਾਂ ਤਰੀਕੇ, ਉਸ ਤੋਂ ਬਾਅਦ ਇਹਨਾਂ ਨੂੰ ਫਲਾਂ ਦੇ ਨਾਲ ਨਫ਼ਰਤ ਹੋ ਗਈ ਉਸ ਤੋਂ ਬਾਅਦ ਇਹਨਾਂ, ਇਸ ਲਈ ਗੋਲ ਗੱਪੇ 'ਚ ਆਏ। ਹਾਂ, ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਡਰਾਈ ਫਰੂਟ ਵਾਲੇ ਪਾਸੇ ਜਾਈਏ, ਕਿਹੜੇ ਪਾਸੇ, ਫਿਰ ਗੋਲ ਗੱਪੇ ਵਾਲੇ ਪਾਸੇ ਆ ਗਏ। ਸੋ ਸਰ, ਮੇਰੇ ਨਾ ਕੈਮਰਾਮੈਨ ਦੱਸ ਰਹੇ ਸੀ ਵੀ ਤੁਸੀਂ ਪਟਿਆਲੇ ਦੇ ਵਿੱਚ ਜਦੋਂ ਕਾਲਜ ਵਗੈਰਾ ਜਾਂਦੇ ਸੀ ਨਾ ਜਾਂ ਮੋਰਨਿੰਗ ਟਾਈਮ, ਸਾਈਕਲ 'ਤੇ ਬੜੇ ਗੇੜੇ ਮਾਰਦੇ ਹੁੰਦੇ ਸੀ, ਅਤੇ ਫਿਲਮ ਦੇ ਵਿੱਚ ਵੀ ਤੁਸੀਂ ਮਤਲਬ ਸਾਡੇ ਜਿਹੜੇ ਕਿਰਦਾਰ ਦੇ ਵਿੱਚ ਨੇ ਉਹਨਾਂ ਨੂੰ ਗੇੜੇ ਮਰਵਾ ਰਹੇ ਹੋ ਖੇਤਾਂ ਦੇ ਵਿੱਚ,
ਕੀ ਕਹਿਣਾ ਚਾਹੋਗੇ? ਨਹੀਂ, ਬਹੁਤ ਵਧੀਆ ਜੀ, ਦੇਖੋ ਜਿਹੜਾ ਉਹ ਕਿਰਦਾਰ ਆ ਉਹ ਕਿਤੇ ਨਾ ਕਿਤੇ ਤੁਹਾਡੇ ਕੋਲ ਉਹੀ ਇੱਕ ਜ਼ਿੰਦਗੀ ਦੇ ਵਿੱਚ ਇੰਨਾ ਕੁਛ ਕੀਤਾ ਹੁੰਦਾ ਜਾਂ ਆਲੇ ਦੁਆਲੇ ਵਿੱਚ ਇੰਨਾ ਕੁਛ ਵਾਪਰਦਾ, ਉਹਨਾਂ ਵਿੱਚੋਂ ਕੋਈ ਨਾ ਕੋਈ ਕਿਰਦਾਰ ਪਿੱਕ ਕਰਕੇ ਤੁਸੀਂ ਉਹ 'ਚ ਉਹ ਮੂਮੈਂਟ ਨੂੰ ਜਿਉਂਦੇ ਹੋ, ਤਾਂ ਜਿਹੜਾ ਇਹ 'ਚ ਸਾਈਕਲ 'ਤੇ ਗੇੜੇ ਦਿੱਤੇ ਨੇ ਫਿਰ ਮੈਂ ਉਹ ਮੂਮੈਂਟ ਜਿਉਈ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਉਦੋਂ ਫਿਰ ਕਿਸੇ ਨੂੰ ਦੇਖਣ ਜਾਂਦੇ ਹੁੰਦੇ ਮਿਲਣ ਜਾਂਦੇ? ਓਬਵੀਅਸਲੀ ਹੁਣ ਉਦਾਂ ਧੱਕੇ ਖਾਣ ਕਿਹੜਾ ਜਾਂਦਾ। ਸੋ ਸਰ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗੀ, ਤੁਸੀਂ ਫਿਰ ਉਹਨਾਂ ਨੂੰ ਆਪਣੇ ਘਰ 'ਚ ਰਹਿਣ ਨੂੰ ਥਾਂ ਦਿੰਦੇ ਹੋ ਜਾਂ ਨਹੀਂ? ਮੈਂ ਲੱਤਾਂ ਮਾਰ ਕੇ ਪਹੁੰਚਾ ਦਿੰਦੇ? ਦੇਖੋ ਪਾਣੀ ਪੁਲਾਂ ਥਲੋਂ ਨਹੀਂ ਲੰਘਦਾ ਜੀ, ਮੈਂ ਫਿਰ ਦੁਬਾਰੇ ਪਹਿਲਾਂ ਭਾਅ ਜੀ ਨੂੰ ਫੜਾਊਂਗਾ। ਤੁਸੀਂ ਤੁਹਾਡਾ ਇਹ ਜਿਹੜਾ ਸਵਾਲ ਆ ਉਹ ਬਰਕਰਾਰ ਰਹੂਗਾ। ਭਾਅ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਭਾਅ ਜੀ ਇਸ ਬਾਰੇ? ਦੇਖੋ ਮੇਰੇ ਘਰ ਦੇ ਵਿੱਚ ਇਹ ਲੋਕ ਰਹਿੰਦੇ ਜ਼ਰੂਰ ਹੈ, ਪਰ ਮੈਨੂੰ ਲੱਗਦਾ ਸੀਗਾ ਕਿ ਮੇਰੀ ਕੁਛ ਇਮਦਾਦ ਹੋਏਗੀ, ਮਦਦ ਹੋਏਗੀ। ਮੈਂ ਥੋੜ੍ਹਾ ਮੇਰੇ 'ਤੇ ਕਰਜ਼ ਚੜਿਆ ਹੋਇਆ ਸੀਗਾ, ਪਰ ਇਹਨਾਂ ਦੀ ਕਹਾਣੀ ਰਾਮ ਕਹਾਣੀ ਸੁਣ ਕੇ ਮੈਨੂੰ ਲੱਗਦਾ ਯਾਰ ਇਹ ਮੇਰੇ ਤੋਂ ਵੀ ਗਏ ਗੁਜਰੇ ਹੈ। ਫਿਰ ਅਸੀਂ ਕੋਈ ਪਲੈਨਿੰਗ ਕਰਦੇ ਹਾਂ ਜਿਹਦੇ ਨਾਲ ਸਾਨੂੰ ਪੈਸਾ ਮਿਲ ਜਾਏ, ਉਹ ਪਲੈਨਿੰਗ ਕਾਮਯਾਬ ਹੋਣ ਵਾਲੀ ਹੁੰਦੀ ਹੈ। ਫਿਰ ਕੁਛ ਨਾ ਕੁਛ ਇਹ ਲੋਕ ਇਹੋ ਜਿਹੇ ਹੈ ਵੀ ਇਹਨਾਂ ਨੇ ਮੇਰੇ ਐਂਡ ਤੱਕ ਮੇਰੇ ਹੱਥ ਪੈਸਾ ਲੱਗਣ ਨਹੀਂ ਦਿੱਤਾ। ਇਹ ਦੱਸੋ ਕਿਉਂ? ਦੱਸੋ ਕਿਉਂ? ਭਾਜੀ ਮੈਂ ਪੈਸੇ ਪੂਰੇ ਦਿੱਤੇ। ਸ਼ਰਮਾ ਜੀ ਜੇ ਅੱਜ ਦੱਸਤਾ ਫਿਰ ਕਿਸੇ ਨੇ ਫਿਲਮ ਦੇਖਣ ਨਹੀਂ ਆਉਣਾ, ਇਸ ਕਰਕੇ ਅੱਜ ਆਪਾਂ ਜ਼ਿਆਦਾ ਨਹੀਂ ਡਿਸਕਲੋਜ਼ ਕਰਨੀਆਂ ਗੱਲਾਂ। ਸੋ ਆਡੀਅੰਸ ਨੂੰ ਕੀ ਕਹਿਣਾ ਚਾਹੂੰਗੇ? ਬਸ ਚੜ੍ਹਦੀ ਅਗਲਾ ਚਲੋ ਆਪਣੀ ਸਿਹਤ ਦਾ ਖਿਆਲ ਰੱਖੋ, ਤੰਦਰੁਸਤ ਰਹੋ, ਜੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ। ਦੇਖੋ ਇਹ ਦੁਆਵਾਂ ਨੇ ਸਾਡੇ ਵੱਲੋਂ ਵੀ ਤੁਸੀਂ ਖੁਸ਼ਹਾਲ ਰਹੋ, ਤੰਦਰੁਸਤ ਰਹੋ, ਰਿਸ਼ਟ ਪੁਸ਼ਟ ਰਹੋ, ਹੈਲਦੀ ਰਹੋ, ਵੈਲਦੀ ਰਹੋ। ਜੇ ਤੁਸੀਂ ਇਹ ਸਾਰਾ ਕੁਛ ਤੁਹਾਡੇ ਕੋਲ ਹੋਊਗਾ, ਖੁਸ਼ ਹੋਵੋਗੇ, ਫਿਰ ਤੁਸੀਂ ਸਿਨੇਮਾ ਦੇਖਣ ਆਉਂਗੇ। ਜੋ ਮੈਂ ਕਹਿੰਦਾ ਸਾਰੇ ਜਣੇ ਖੁਸ਼ ਰਹੋ, ਸਾਡੀਆਂ ਦੁਆਵਾਂ ਅਤੇ ਖੁਸ਼ ਹੋ ਕੇ ਸਾਡੀ ਫਿਲਮ ਦੇਖਣ ਆਓ ਗੋਲਗੱਪੇ। ਤੁਹਾਨੂੰ ਸਾਰੇ ਰੰਗ ਮਿਲਣਗੇ, ਪਚਰੰਗਾ ਗੋਲਗੱਪਾ, ਆਹ ਫਲੇਵਰ ਦਾ ਪਾਣੀ, ਆਹ ਫਲੇਵਰ ਦਾ ਪਾਣੀ, ਜਿੰਨਾ ਗੋਲਗੱਪਾ ਗੋਲਗੱਪੇ ਦੇਖੋ ਤੁਹਾਨੂੰ ਦੱਸ ਰਿਹਾ ਖਾਣ 'ਚ ਸਵਾਦ ਹੁੰਦੇ ਨੇ, ਫਿਲਮ 'ਚ ਉਦੋਂ ਜ਼ਿਆਦਾ ਆਨੰਦ ਆਊਗਾ। ਤੁਹਾਨੂੰ ਪਲੀਜ਼ ਇੱਕ ਵਾਰੀ ਪਹੁੰਚ ਜਾਓ 17 ਫਰਵਰੀ ਨੂੰ ਜੀ। ਫਿਰ ਤੁਸੀਂ ਐਂ ਹੱਸੋਗੇ। ਸੋ ਥੈਂਕ ਯੂ ਸੋ ਮਚ ਸਰ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ।